जी पंजाब हरियाणा हिमाचल देख रहे दर्शकों का स्वागत है। मैं हाँ थोड़े नाल गौरव शुक्ला हाजिर हाँ पंजाब की बात लेके। पंजाब की हर खबर की असी गल करांगे। शुरुआत करन जा रहे हाँ सियासत तो। कैप्टन अमरिंदर सिंह ने पंजाब चोणां लड़न दे लई हाईकमान तो वध पावर मंगी है। कैप्टन ने कहा कि खेतरी पार्टियां नाल लड़न दे लई सूबा प्रधान नूं वध अधिकार मिलने चाहिए ने। सिर्फ इन्ना ही नहीं, कैप्टन ने कांग्रेस नूं मजबूत करन दे लई आउण वाले दिनां विच कैंपेनिंग होर तेज करन दा भी ऐलान किया है। सूबियां विच खेतरी पार्टियां दे वधदे दबाह हेठ कैप्टन अमरिंदर सिंह ने कांग्रेस हाईकमान नूं अपनी रणनीति बदलण दी मंग कीती है। कैप्टन ने कहा कि खेतरी पार्टियां नाल लड़न दे लई कांग्रेस दे सूबा प्रधानां नूं वध अधिकार मिलने चाहीदे ने। कैप्टन ने कहा कि अकाली दल आसानी नाल खेतरी पद्धर ते फैसले लै सकदा है अते इस लई उहनां नूं भी वध अधिकार मिलने चाहीदे ने तां जो बेहतर तरीके नाल विरोधी धिर नूं चोणां विच मुकाबला दे सकण। Problems compared to Assam problems, compared to Andhra problems, ya Tamil Nadu problems, ya Odisha problems, bade fark de ne. So agar utthe de leaderan nu taakat ditti jave, it is easier for them to handle their regional parties. Is karke main gal kahi si ke regional parties nu jyada strength ditta jave taake oh apne region de vich unhan nu pata hai ke mainu pata hai ke akaliyan naal kaise nipna hai. Captain ne kiha ki jekar Sonia Gandhi apni marzi naal Rahul Gandhi nu pradhan banauna chahunde ne ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਐਂਡ ਆਈ ਥਿੰਕ ਵੀ ਹੈਵ ਗੇਨਡ ਸੋ ਮਚ ਫਰਮ ਹਰ 20 ਇਅਰਸ ਦੇ ਵਿੱਚ। ਅਸੀਂ ਇੰਨਾ ਗੇਨ ਕਰ ਚੁੱਕੇ ਹਾਂ ਕਿ ਅਗਰ ਉਹ ਚਾਹੁੰਦੇ ਨੇ ਆਪ ਮੈਂ ਅਸੀਂ ਤਾਂ ਨਹੀਂ ਕਹਿ ਰਹੇ ਉਹਨਾਂ ਨੂੰ ਜਾਣ ਨੂੰ, ਉਹ ਅਗਰ ਆਪ ਚਾਹੁੰਦੇ ਨੇ ਕਿ ਮੈਂ ਛੱਡਣਾ ਚਾਹੁੰਦੀ ਹੈ ਦੈਨ ਵੀ ਮਸਟ ਆਨਰ ਵਾਟ ਸ਼ੀ ਇਜ਼ ਵਾਟ ਸ਼ੀ ਵਾਂਟਸ। ਸਿਰਫ ਇੰਨਾ ਹੀ ਨਹੀਂ, ਕੈਪਟਨ ਨੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਦਾ ਵੀ ਐਲਾਨ ਕੀਤਾ ਹੈ। ਕੈਪਟਨ ਨੇ ਕਿਹਾ ਕਿ ਉਹ 6 ਜੂਨ ਨੂੰ ਜ਼ਿਲ੍ਹਾ ਪੱਧਰ ਤੇ ਥਾਪੇ ਗਏ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ, ਜਿਸ ਤੋਂ ਬਾਅਦ ਉਹ ਕਾਫੀ ਵਿਦ ਕੈਪਟਨ ਦੇ 80 ਹੋਰ ਐਡੀਸ਼ਨ ਸੂਬੇ ਦੀਆਂ ਵੱਖ-ਵੱਖ ਥਾਵਾਂ ਤੇ ਕਰਨਗੇ। ਇਟ ਬੀਨ ਅਨਾਊਂਸਡ ਦੈਟ ਆਈ ਵਿਲ ਬੀ ਗੋਇੰਗ ਟੂ 80 ਰੈਲੀਜ਼ ਇਨ ਦਾ ਨੈਕਸਟ 80 ਫੰਕਸ਼ਨਸ ਇਨ ਦਾ ਨੈਕਸਟ ਫਿਊ ਮੰਥਸ, ਦੋ ਜਾਂ ਤਿੰਨ ਮਹੀਨਿਆਂ 'ਚ ਉਹ ਕਰਾਂਗੇ। ਹੁਣ ਯੂ ਹੈਵ ਟੂ ਹੈਵ ਐਨ ਆਰਗੇਨਾਈਜੇਸ਼ਨ ਟੂ ਵਰਕ, ਇੱਕ ਬੰਦਾ ਨਹੀਂ ਕੰਮ ਕਰ ਸਕਦਾ। ਵਿਦੇਸ਼ੀ ਦੌਰੇ ਤੋਂ ਬਾਅਦ 2017 ਦੀਆਂ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਮੁੜ ਤੋਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਣ ਜਾ ਰਹੇ ਨੇ। ਇਸ ਦੇ ਲਈ ਕੈਪਟਨ ਨੇ ਹਾਈ ਕਮਾਨ ਤੋਂ ਵੱਧ ਅਧਿਕਾਰ ਵੀ ਮੰਗੇ ਨੇ। ਕਾਫੀ ਵਿਦ ਕੈਪਟਨ ਦੇ ਦੂਜੇ ਐਡੀਸ਼ਨ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦਾ ਪ੍ਰੋਗਰਾਮ ਇੱਕ ਵਾਰ ਮੁੜ ਤੋਂ ਉਲੀਕਣ ਜਾ ਰਹੇ ਨੇ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਤਾਂ ਕੈਪਟਨ ਚਾਹੁੰਦੇ ਨੇ ਕਿ ਸੂਬਾ ਪ੍ਰਧਾਨ ਨੂੰ ਵੱਧ ਅਧਿਕਾਰ ਦਿੱਤੇ ਜਾਣ ਤਾਂ ਕਿ ਖੇਤਰੀ ਪਾਰਟੀਆਂ ਦਾ ਮੁਕਾਬਲਾ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਧਾਰ ਘਟ ਰਿਹਾ ਹੈ। ਨਾਲ ਹੀ ਕੈਪਟਨ ਨੇ ਇਹ ਵੀ ਡਰ ਜਤਾਇਆ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਲਈ ਵੋਟ ਕੱਟਣ ਦਾ ਕੰਮ ਕਰ ਸਕਦੀ ਹੈ। ਉਧਰ ਕਾਂਗਰਸ ਵੱਲੋਂ ਕਰਵਾਏ ਗਏ ਸਰਵੇ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਰਵੇ ਵਿੱਚ ਉਹਨਾਂ ਦਾ ਆਧਾਰ ਵੱਧ ਰਿਹਾ ਹੈ। ਇਹ ਉਹੀ ਕੰਮ ਕਰਨਗੇ ਜੋ ਪਹਿਲਾਂ ਪੀਪੀਪੀ ਨੇ ਸਾਡੇ ਨਾਲ ਕੀਤਾ ਸੀ। ਥੋੜ੍ਹੀਆਂ ਵੋਟਾਂ ਤੋੜ ਲੈਣਗੇ, ਕਿਤੇ ਹੋਰ ਨਾ ਕੋਈ ਜਿੱਤ ਜਾਵੇ। ਦੈਟ ਇਜ਼ ਮਾਈ ਓਨਲੀ ਫੇਅਰ। ਅਦਰਵਾਈਜ਼ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਅਸੀਂ ਉਹ ਕੀ ਕਹਿਣਗੇ ਹੁਣ ਕਿ ਅਸੀਂ ਇਲੈਕਸ਼ਨ ਲੜ ਰਹੇ ਹਰਨ ਨੂੰ, ਉਹ ਤਾਂ ਨੈਚੁਰਲੀ ਕਹਿਣਗੇ ਅਸੀਂ ਜਿੱਤਾਂਗੇ। ਵੀ ਹੈਵ ਚੈੱਕਡ ਦੀ ਆਰ ਓਨ ਪੋਜੀਸ਼ਨ ਐਂਡ ਵੀ ਚੈੱਕਡ ਆਮ ਆਦਮੀ ਪੋਜੀਸ਼ਨ। ਸਰਵੇ ਚੱਲਦੀਆਂ ਰਹਿੰਦੀਆਂ ਨੇ ਐਂਡ ਆਮ ਆਦਮੀ ਇਜ਼ ਨੋਟ ਫੀਚਰਿੰਗ ਅਪਾਰਟ ਫਰੋਮ ਇਨ ਪੋਕਿਟਸ ਹੇਅਰ ਐਂਡ ਦੇਅਰ। ਦੇ ਡੂ ਨੋਟ ਫੀਚਰ ਵੈਰੀ ਮਚ। ਫੋਰ ਇੰਸਟੈਂਸ ਇਹਨਾਂ ਦੇ ਗੁਰਦਾਸਪੁਰ 'ਚ ਪੱਲੇ ਕੁਛ ਨਹੀਂ ਇਹਨਾਂ ਦੇ, ਨਥਿੰਗ ਦੇ। ਸੋ ਲਾਈਕ ਦੈਟ ਦੇਰ ਆਰ ਪੋਕਿਟਸ ਐਂਡ ਪੋਕਿਟਸ। ਤਾਂ ਆਮ ਆਦਮੀ ਪਾਰਟੀ ਉਹਨਾਂ ਨੂੰ ਚਿੰਤਾ ਦਾ ਸਬੱਬ ਜ਼ਰੂਰ ਨਜ਼ਰ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਉੱਧਰ ਗੱਲ ਕਾਨੂੰਨ ਵਿਵਸਥਾ ਦੀ ਵੀ ਹੋਈ, ਜਿਸ ਨੂੰ ਲੈ ਕੇ ਪੰਜਾਬ 'ਚ ਬਹੁਤ ਸਿਆਸਤ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਾਨੂੰਨੀ ਹਾਲਾਤਾਂ 'ਤੇ ਸਵਾਲ ਚੁੱਕਦੇ ਹੋਏ ਮੰਗ ਕੀਤੀ ਕਿ ਸੰਤ ਢੱਡਰੀਆਂ ਵਾਲੇ 'ਤੇ ਹੋਏ ਹਮਲੇ ਦੀ ਜਾਂਚ CBI ਤੋਂ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤੋਂ ਇਨਕਾਰ ਕੀਤਾ ਸੀ। ਉੱਧਰ BJP ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਵੀ ਮੁੱਖ ਮੰਤਰੀ ਦੇ ਸੁਰ ਦੇ ਨਾਲ ਸੁਰ ਮਿਲਾਉਂਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਜਾਂਚ ਕਰਨ ਦੇ ਲਈ ਸਮਰੱਥ ਹੈ, ਇਸ ਲਈ CBI ਜਾਂਚ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਕਾਨੂੰਨੀ ਅਵਸਥਾ ਜਿਹੜੀ ਵਿਗੜਦੀ ਜਾ ਰਹੀ ਹੈ। ਲੁੱਕ ਐਟ ਦਿਸ ਕੇਸ ਆਫ ਸੰਤ ਢੰਡੀਆਂ ਵਾਲੇ ਦੇ ਜਿਹੜੇ ਡੂ ਨੋਟ ਡੂ ਐਨੀਥਿੰਗ। ਵੀ ਹੈਵ ਡਿਮਾਂਡਡ ਕਿ ਅਗਰ ਇਹਦੀ ਸੱਚਾਈ ਕੱਢਣੀ ਹੈ ਤਾਂ CBI ਨੂੰ ਐਂਡ ਕੀਤਾ ਜਾਵੇ। ਇਹ ਸੰਤ ਢੰਡਾਂ ਵਾਲਿਆਂ ਨੇ ਕਿਹਾ, ਇਹ ਅਸੀਂ ਕਿਹਾ। ਮੇਰਾ ਤਾਂ ਇਹ ਹੈ ਕਿ ਕਿਸੀ ਕੋ ਵੀ ਲਾਅ ਐਂਡ ਆਰਡਰ ਕੋ ਸਾਥ ਖਿਲਵਾੜ ਕਰਨੇ ਕਾ ਨਹੀਂ ਮੌਕਾ ਨਹੀਂ ਦੇਂਗੇ ਔਰ ਜੋ ਕਾਨੂੰਨ ਵਿਵਸਥਾ ਉਸਕੋ ਬਣਾਏ ਰੱਖੇਂਗੇ।
ਤਾਂ ਸੀਬੀਆਈ ਜਾਂਚ ਦੀ ਜ਼ਰੂਰਤ ਬੀਜੇਪੀ ਨੂੰ ਵੀ ਨਜ਼ਰ ਨਹੀਂ ਆਉਂਦੀ। ਉੱਧਰ ਆਮ ਆਦਮੀ ਪਾਰਟੀ ਵੀ ਇਸਦਾ ਸਮਰਥਨ ਕਰ ਰਹੀ ਹੈ ਅਤੇ ਹੁਣ ਕੈਪਟਨ ਵੀ ਕਹਿ ਰਹੇ ਨੇ ਕਿ ਸੀਬੀਆਈ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ। ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਹਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਤੋਂ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਆਪਣਾ ਕੰਮ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੀ ਹੈ। ਰੋਪੜ ਸੰਗਤ ਦਰਸ਼ਨ ਕਰਨ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਉਹਨਾਂ ਦੇ ਹੋਏ ਹਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਤੋਂ ਇਨਕਾਰ ਕਰ ਦਿੱਤਾ ਹੈ। ਸੋਮਵਾਰ ਨੂੰ ਪੂਰੇ ਪੰਜਾਬ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਸਮਰਥਕਾਂ ਨੇ ਡੀਸੀ ਦਫ਼ਤਰਾਂ ਸਾਹਮਣੇ ਹਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਆਪਣਾ ਕੰਮ ਮੁਸਤੈਦੀ ਨਾਲ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੁਣ ਤੱਕ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਅਤੇ ਲਿਹਾਜ਼ਾ ਇਸ ਕੇਸ ਵਿੱਚ ਸੀਬੀਆਈ ਦੀ ਮੰਗ ਕਰਨਾ ਠੀਕ ਨਹੀਂ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਦਮਦਮੀ ਟਕਸਾਲ ਵਿੱਚ ਸਮਝੌਤਾ ਕਰਵਾਉਣ ਲਈ ਐਸਜੀਪੀਸੀ ਨੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਹੁਣ ਤੱਕ ਇਸ ਮਾਮਲੇ ਵਿੱਚ 14 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਦਮਦਮੀ ਟਕਸਾਲ ਵਿਚਾਲੇ ਵਿਵਾਦ ਦਾ ਅਸਰ ਪੰਜਾਬ ਦੀ ਸਿਆਸਤ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਇਸ ਲਈ ਐਸਜੀਪੀਸੀ ਅਤੇ ਪੰਜਾਬ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਟਕਰਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਵਿਮਲ ਕੁਮਾਰ, ਜ਼ੀ ਮੀਡੀਆ, ਅਨੰਦਪੁਰ ਸਾਹਿਬ। ਤਾਂ ਸੀਬੀਆਈ ਜਾਂਚ ਤੇ ਵੀ ਸਿਆਸਤ ਹੋ ਰਹੀ ਹੈ। 17 ਤਰੀਕ ਨੂੰ ਇਹ ਹਮਲਾ ਹੋਇਆ ਸੀ ਲੁਧਿਆਣਾ ਦੇ ਵਿੱਚ ਸੰਤ ਢੱਡਰੀਆਂ ਵਾਲੇ ਦੇ ਉੱਤੇ। ਅੱਗੇ ਵੱਧਦੇ ਹਾਂ, ਗੱਲ ਕਿਸਾਨਾਂ ਦੀ ਕਰ ਲੈਂਦੇ ਹਾਂ। ਕਿਸਾਨਾਂ ਦੇ ਲਈ ਅੱਜ ਜੋ ਕੇਂਦਰ ਸਰਕਾਰ ਵੱਲੋਂ ਖਬਰ ਆਈ ਉਸ ਤੇ ਵੀ ਸਿਆਸਤ ਹੋ ਰਹੀ ਹੈ। ਜਿਹਾਂ ਕੇਂਦਰ ਸਰਕਾਰ ਵੱਲੋਂ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 60 ਰੁਪਏ ਫੀ ਕੁਇੰਟਲ ਵਧਾਉਣ ਨੂੰ ਲੈ ਕੇ ਵਿਰੋਧੀ ਧਿਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉੱਧਰ ਬੀਜੇਪੀ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਕਿਸਾਨਾਂ ਲਈ ਹੋਰ ਨਵੀਆਂ ਸਕੀਮਾਂ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਵਿੱਚ ਕਿਸਾਨੀ ਸਭ ਤੋਂ ਵੱਡਾ ਵੋਟ ਬੈਂਕ ਹੈ। ਅਜਿਹੇ ਸਮੇਂ 'ਚ ਜਦੋਂ ਪੰਜਾਬ ਵਿੱਚ ਚੋਣਾਂ ਨੂੰ 1 ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ, ਕੇਂਦਰ ਸਰਕਾਰ ਵੱਲੋਂ ਝੋਨੇ ਦੇ MSP ਵਿੱਚ 60 ਰੁਪਏ ਫੀ ਕੁਇੰਟਲ ਦਾ ਵਾਧਾ ਕਰਨ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਨੂੰ ਕਿਸਾਨਾਂ ਲਈ ਨਾਕਾਫੀ ਦੱਸ ਰਹੇ ਨੇ। ਦੇਖੋ, ਨੈਵਰ ਇਟਸ ਇਨਫ ਬਿਕੋਜ਼ ਜੋ ਰੇਟ ਸੀ, ਜੈਸੇ ਬਾਸਮਤੀ ਕਾ ਰੇਟ ਇੱਕ ਵਾਰ 6000 ਰਹਾ, 1200 ਪੇ ਆ ਗਿਆ। ਸੋ 60 ਰੁਪਏ ਇਜ਼ ਜਸਟ ਅ ਟੋਕਨ ਇਨਕਰੀਜ਼, ਇਸਸੇ ਲੋਕੋ ਕਾ ਪੇਟ ਨਹੀਂ ਭਰੇਗਾ। ਐਂਡ ਇਟ ਇਜ਼ ਵੈਰੀ ਅਨਫੋਰਚੁਨੇਟ ਕਿ ਨਾਈਦਰ ਇਜ਼ ਗਵਰਨਮੈਂਟ ਆਫ ਇੰਡੀਆ ਬੋਦਰਿੰਗ ਅਬਾਊਟ ਇਟ, ਨੋ ਇਜ਼ ਦੀਸ ਪੀਪਲ ਬੋਦਰਿੰਗ ਅਬਾਊਟ ਇਟ। ਮਜ਼ਾਕ ਹੈ, ਐਸੇ ਸਮੇਂ ਮੇਂ ਜਬ ਕਿਸਾਨ ਆਤਮਹੱਤਿਆ ਕਰ ਰਹੇ ਹੈ ਵਿਦਰਭਾ ਕੇ ਖੇਤਰ ਮੇਂ, ਆਪਨੇ ਕਭੀ ਸੁਣਾ ਨਹੀਂ ਹੋਗਾ, ਇਤਿਹਾਸ ਮੇਂ ਪਹਿਲੀ ਵਾਰ ਹੈ ਕਿ ਧਾਰਾ 144 ਲੱਗ ਰਹੀ ਹੈ ਪਾਣੀ ਕੇ ਲੀਏ, ਪਾਣੀ ਕੇ ਲੀਏ ਧਾਰਾ 144 ਲੱਗ ਰਹੀ ਹੈ। ਤਾਂ ਐਸੀ ਸਥਿਤੀ ਮੇਂ ਜਹਾਂ ਕਿਸਾਨ ਹੈ ਉਸਕੇ ਕਰਜ਼ ਮਾਫ ਕਰਨੇ ਕੀ ਨੀਤੀ ਬਣਾਉਣੀ ਚਾਹੀਏ, ਉਸਕੋ ਆਤਮਹੱਤਿਆ ਕਰ ਚੁੱਕੇ ਪਰਿਵਾਰੋਂ ਕੋ ਮਦਦ ਕੀ ਨੀਤੀ ਬਣਾਉਣੀ ਚਾਹੀਏ, ਉਸਕੇ ਅਨਾਜ ਕੇ ਦਾਮ ਅੱਛੇ ਮਿਲੇ ਇਸਕੀ ਨੀਤੀ ਬਣਾਉਣੀ ਚਾਹੀਏ, ਬਜਾਏ ਉਸਕੇ ਆਪ ਛੋਟੇ ਛੋਟੇ ਲਾਲੀਪਾਪ ਚੁਣਾਵ ਕੇ ਸਮੇਂ ਮੇਂ ਦੇਤੇ ਹੈ, ਵੋ ਅੱਛੀ ਬਾਤ ਨਹੀਂ ਹੈ। ਉਧਰ ਬੀਜੇਪੀ ਦਾ ਕਹਿਣਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਕਿਸਾਨਾਂ ਲਈ ਕਾਫੀ ਕੁਝ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਝੋਨੇ ਤੇ 60 ਰੁਪਏ ਫੀ ਕੁਇੰਟਲ ਦਾ ਵਾਧਾ ਕਰਨ ਦੇ ਇਲਾਵਾ ਕਿਸਾਨਾਂ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਸਹੂਲਤਾਂ ਦੇਵੇਗੀ। ਦੇਖੋ, ਜਿਹੜੀ ਕੇਂਦਰੀ ਸਰਕਾਰ ਹੈ ਉਹ ਕਿਸਾਨਾਂ ਦੀ ਸਮੱਸਿਆ ਪ੍ਰਤੀ ਸਜਗ ਹੈ ਔਰ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਦੀ ਪ੍ਰੋਬਲਮ ਜਿਹੜੀਆਂ 60 ਸਾਲ ਦੇ ਰਾਜ 'ਚ ਕਾਂਗਰਸ ਨੇ ਖੜੀ ਕੀਤੀ ਹੈ ਉਹਨੂੰ ਖਤਮ ਕੀਤਾ ਜਾਏ। ਉਸੀ ਕੜੀ 'ਚ ਸਭ ਤੋਂ ਪਹਿਲਾ ਕਦਮ ਇਹ ਸੀਗਾ ਕਿ ਅੱਜ ਦੇ ਦੇਸ਼ ਦੇ ਇਤਿਹਾਸ ਤੋਂ ਸਭ ਤੋਂ ਵੱਡਾ ਜਿਹੜਾ ਬਜਟਰੀ ਐਲੋਕੇਸ਼ਨ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਾਸਤੇ ਔਰ ਰੂਰਲ ਏਰੀਆ ਦੇ ਵਿਕਾਸ ਵਾਸਤੇ ਕੀਤੀ ਗਈ। ਉਸੀ ਕੜੀ 'ਚ ਅੱਜ ਹੋਰ ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ। ਮੈਨੂੰ ਉਮੀਦ ਹੈ ਆਉਣ ਦਿਨਾਂ 'ਚ ਇਹੋ ਜਿਹੀਆਂ ਹੋਰ ਕਿਸਾਨ ਪੱਖੀ ਅਨਾਊਂਸਮੈਂਟਾਂ ਤੁਹਾਨੂੰ ਮਿਲਣਗੀਆਂ। ਕੇਂਦਰ ਸਰਕਾਰ ਵੱਲੋਂ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ 60 ਰੁਪਏ ਫੀ ਕੁਇੰਟਲ ਦਾ ਇਜ਼ਾਫਾ ਕਰਨ ਤੋਂ ਬਾਅਦ 2016-2017 ਵਿੱਚ ਨਵਾਂ ਸਮਰਥਨ ਮੁੱਲ 1470 ਰੁਪਏ ਫੀ ਕੁਇੰਟਲ ਹੋਏਗਾ। ਜਗਤਾਰ ਭੁੱਲਰ ਦੇ ਨਾਲ ਪੁਨੀਤ ਪਰਿੰਜਾ, ਜ਼ੀ ਮੀਡੀਆ, ਚੰਡੀਗੜ੍ਹ। ਅੱਗੇ ਵੱਧਦੇ ਹਾਂ ਤਾਂ ਇੱਕ ਵਾਰ ਫਿਰ ਤੋਂ ਗੱਲ ਸਿਆਸਤ ਦੀ ਕਰਾਂਗੇ। ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਦਾ ਸਫ਼ਰ ਕਰ ਚੁੱਕੇ ਡਾਕਟਰ ਮੋਹਨ ਸਿੰਘ ਫਲੀਆਂ ਵਾਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ। ਉਹ 1986 ਤੋਂ ਲੈ ਕੇ 2002 ਤੱਕ ਪੰਜਾਬ BSP ਦੇ ਮੁਖੀ ਵੀ ਰਹੇ ਨੇ। 2017 ਵਿੱਚ ਪੰਜਾਬ ਫਤਿਹ ਕਰਨ ਦਾ ਸੁਪਨਾ ਵੇਖ ਰਹੀ ਆਮ ਆਦਮੀ ਪਾਰਟੀ ਵਿੱਚ ਨਵੀਂ ਐਂਟਰੀ ਹੋਈ ਹੈ। ਨਾਮ ਹੈ ਡਾਕਟਰ ਮੋਹਨ ਸਿੰਘ ਫਲੀਆਂ ਵਾਲਾ। ਦੋ ਵਾਰ BSP ਦੀ ਟਿਕਟ 'ਤੇ ਲੋਕ ਸਭਾ ਦੀ ਚੋਣ ਜਿੱਤ ਚੁੱਕੇ ਮੋਹਨ ਸਿੰਘ ਹੁਣ ਆਮ ਆਦਮੀ ਪਾਰਟੀ ਦੇ ਲਈ ਰਣਨੀਤੀ ਬਣਾਉਣਗੇ।
बुधवार नूं पार्टी दे पंजाब इंचार्ज संजय सिंह अते एमपी भगवंत मान दी मौजूदगी विच उन्हां ने आम आदमी पार्टी दा लड़ फड़िया। दलितों शोषितों वंचितों की आवाज को बुलंद करने के लिए एक लंबा संघर्ष अपने जीवन में किया। वर्ष 1986 से लेके वर्ष 2002 तक बहुजन समाज पार्टी के प्रदेश के अध्यक्ष रहे और दो बार देश की सबसे बड़ी पंचायत के मेंबर ऑफ पार्लियामेंट रहे लोकसभा के। आदरणीय डॉक्टर मोहन सिंह फनियावाला जी को आज आम आदमी पार्टी परिवार में शामिल करते हुए बहुत प्रसन्नता और हम सब लोगों को बहुत खुशी हो रही है। हाथी दी सवारी छड़ के आम आदमी पार्टी दी झाड़ू फड़न वाले डॉक्टर मोहन सिंह पंजाब विच बीएसपी दा एक वड्डा चेहरा सन, पर हुण आम आदमी पार्टी दियां तारीफां कर रहे ने। आम आदमी पार्टी जिहड़ी एक अच्छी सोच अच्छी विचारधारा वाली है, करप्शन दे खिलाफ है, बेरोजगारी दे खिलाफ है, भ्रिष्टाचार और नशे दे खिलाफ है। बड़े अच्छे मुद्दे ने जिहड़े पंजाब दी जनता नूं लोड़ीदे ने। इस करके पंजाब दी जनता नूं बदलाव दी लोड़ है, तब्दीली दी लोड़ है। तो मैं इस करके बहुजन समाज पार्टी नूं छड्ड के ते आम आदमी पार्टी दे विच शामिल होया। आम आदमी पार्टी विच शामिल हुंदे ही उन्होंने अपनी पुरानी पार्टी नूं भी निशाने उत्ते लिया, दस्या कि हुण बीएसपी पहलां वाली नहीं रही। लेकिन साहब कांशीराम जी दे अचानक बीमार होण करके बहुजन समाज पार्टी दे विच उन्हां वाली जिहड़ी सोच सी ਉਹ ਸੋਚ ਅੱਜ ਬਹੁਜਨ ਸਮਾਜ ਪਾਰਟੀ ਦੇ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਨਹੀਂ ਰਹੀ। ਮੋਹਨ ਸਿੰਘ ਫਲੀਆਂਵਾਲਾ 1986 ਤੋਂ ਲੈ ਕੇ 2002 ਤੱਕ ਬੀਐਸਪੀ ਦੇ ਪੰਜਾਬ ਦੇ ਸੂਬਾ ਮੁਖੀ ਰਹਿ ਚੁੱਕੇ ਨੇ। ਇਸ ਦੇ ਇਲਾਵਾ ਉਹਨਾਂ ਨੇ ਇੱਕ ਵਾਰ ਸੰਤੋਖ ਸਿੰਘ ਰੰਧਾਵਾ ਅਤੇ ਫਿਰ ਸੁਨੀਲ ਜਾਖੜ ਨੂੰ ਸਿਆਸੀ ਦੰਗਲ ਵਿੱਚ ਮਾਤ ਦਿੱਤੀ ਹੈ। ਪਰ ਸਵਾਲ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਲਈ ਕਿੰਨਾ ਫਾਇਦੇ ਦਾ ਸੌਦਾ ਸਾਬਤ ਹੋਣਗੇ। ਪੁਨੀਤ ਪਰਿੰਜਾ, ਜ਼ੀ ਮੀਡੀਆ, ਚੰਡੀਗੜ੍ਹ। ਅੱਗੇ ਵੱਧਦੇ ਹਾਂ ਤੇ ਗੱਲ ਰਾਖਵੇਂਕਰਨ ਦੀ ਹੋਏਗੀ। ਰਾਖਵੇਂਕਰਨ ਦੇ ਮੁੱਦੇ ਤੇ ਸਿਆਸਤ ਖੂਬ ਹੁੰਦੀ ਹੈ ਤੇ ਪਿਛਲੇ ਦਿਨੀ ਅਸੀਂ ਹਰਿਆਣਾ ਦੇ ਵਿੱਚ ਜੋ ਕੁਝ ਹੋਇਆ ਉਹ ਵੀ ਦੇਖਿਆ। ਜਾਟਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ ਨੇ ਮੰਗ ਦੀ ਹਿਮਾਇਤ ਕੀਤੀ ਹੈ। ਪਰ ਨਾਲ ਹੀ ਉਹਨਾਂ ਨੇ ਰਾਖਵੇਂਕਰਨ ਦੇ ਦਾਇਰੇ ਵਿੱਚ ਸਿਰਫ ਗਰੀਬ ਜਾਟਾਂ ਨੂੰ ਸ਼ਾਮਲ ਕਰਨ ਦੀ ਗੱਲ ਵੀ ਕਹੀ। ਜਾਟ ਭਾਈਚਾਰੇ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਸਹਿਮਤ ਨੇ, ਪਰ ਇਸ ਦੇ ਦਾਇਰੇ ਵਿੱਚ ਸਿਰਫ ਗਰੀਬ ਜਾਟਾਂ ਨੂੰ ਹੀ ਸ਼ਾਮਲ ਕੀਤਾ ਜਾਣਾ ਚਾਹੀਦਾ। ਕੈਪਟਨ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਕ੍ਰੀਮੀ ਲੇਅਰ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਜਾਟ ਭਾਈਚਾਰੇ ਦੇ ਉਹਨਾਂ ਲੋਕਾਂ ਨੂੰ ਇਸ ਦਾ ਲਾਭ ਮਿਲਣਾ ਚਾਹੀਦਾ ਹੈ ਜਿਨ੍ਹਾਂ ਦੇ ਕੋਲ ਸਿਰਫ 2 ਤੋਂ 3 ਏਕੜ ਜ਼ਮੀਨ। ਵੀ ਆਰ ਨਾਟ ਆਸਕਿੰਗ ਫੋਰ ਦ ਕ੍ਰੀਮੀ ਲੇਅਰ। ਅਸੀਂ ਕਹਿ ਰਹੇ ਹਾਂ ਕਿ ਜੋ ਬਹੁਤ ਗਰੀਬ ਜਨਰਲ ਕੈਟਾਗਰੀ ਦੇ ਨੇ, ਗਰੀਬ ਉਹ ਓਨ ਮੇ ਬੀ 2 acres ਔਰ 3 acres ਔਰ 4 acres, ਉਹਨਾਂ ਦੇ ਬੰਦਿਆਂ ਵਾਸਤੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ, ਨਾਟ ਅਮਰਿੰਦਰ ਸਿੰਘ, ਨਾਟ। ਜਾਟ ਮਹਾਂਸਭਾ ਦੇ ਪ੍ਰਧਾਨ ਦੀ ਹੈਸੀਅਤ ਦੇ ਨਾਲ ਕੈਪਟਨ ਨੇ ਕਿਹਾ ਕਿ ਉਹ ਰਾਖਵੇਂਕਰਨ ਦੀ ਮੰਗ ਦੀ ਹਮਾਇਤ ਕਰਦੇ ਨੇ, ਪਰ ਰਾਖਵਾਂਕਰਨ ਹਾਸਲ ਕਰਨ ਦੇ ਲਈ ਹਿੰਸਕ ਅੰਦੋਲਨ ਦੇ ਪੱਖ ਵਿੱਚ ਨਹੀਂ ਹੈ ਅਤੇ ਅਹਿੰਸਾ ਦੇ ਰਸਤੇ ਤੇ ਚੱਲ ਕੇ ਆਪਣਾ ਹੱਕ ਹਾਸਲ ਕਰਨਾ ਚਾਹੀਦਾ। ਵੀ ਡੂ ਨਾਟ ਸਪੋਰਟ ਐਨੀ ਵਾਇਲੈਂਸ। ਇਹ ਜਿਹੜਾ ਕੁਝ ਹੋਇਆ ਸੋਨੀਪਤ 'ਚ, ਅਗਰ ਕਿਸੇ ਨੇ ਗੜਬੜ ਕੀਤੀ ਹੈ ਦੈਨ ਉਹਨੂੰ ਭੁਗਤਣਾ ਪਊ, ਦੈਟ ਇਜ਼ ਸਿੰਪਲ ਐਜ਼ ਦੈਟ। ਹਾਊਏਵਰ ਰਿਕਰੂਟ ਜਿਹੜੀ ਫੈਸਲੇ ਹੋਏ ਨੇ ਅਬਾਊਟ ਰਿਜ਼ਰਵੇਸ਼ਨ, ਵੀ ਸਪੋਰਟ ਦੈਟ ਰਿਜ਼ਰਵੇਸ਼ਨ। ਆਈ ਐਮ ਨਾਟ ਸਪੀਕਿੰਗ ਐਜ਼ ਕਾਂਗਰਸ ਪ੍ਰੈਜ਼ੀਡੈਂਟ, ਆਈ ਐਮ ਸਪੀਕਿੰਗ ਐਜ਼ ਪ੍ਰੈਜ਼ੀਡੈਂਟ ਆਫ ਦੀ ਜਾਟ ਮਹਾਂਸਭਾ। ਜਾਟ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹਰਿਆਣਾ ਵਿੱਚ ਹੋਏ ਅੰਦੋਲਨ ਦੇ ਦੌਰਾਨ ਹਿੰਸਾ ਹੋਈ ਸੀ। ਕੈਪਟਨ ਨਹੀਂ ਚਾਹੁੰਦੇ ਕਿ ਦੂਜਿਆਂ ਨੂੰ ਨੁਕਸਾਨ ਪਹੁੰਚਾ ਕੇ ਰਾਖਵਾਂਕਰਨ ਹਾਸਲ ਕੀਤਾ ਜਾਏ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਅਗਲੀ ਖਬਰ ਦਾ ਰੁੱਖ ਕਰਦੇ ਹਾਂ ਤੇ ਗੱਲ ਪੰਜਾਬ ਮਹਿਲਾ ਕਾਂਗਰਸ ਦੀ ਹੋਏਗੀ। ਪੰਜਾਬ ਮਹਿਲਾ ਕਾਂਗਰਸ ਦੀ ਨਵੀਂ ਮੁਖੀ ਪਾਰਟੀ ਦੀ ਮਹਿਲਾ ਵਿੰਗ ਨੂੰ ਜ਼ਿਆਦਾ ਮਜ਼ਬੂਤ ਕਰਨ ਨੂੰ ਆਪਣੀ ਸਭ ਤੋਂ ਪਹਿਲੀ ਗੱਲ ਦੱਸ ਰਹੇ ਨੇ। ਉਹਨਾਂ ਦੇ ਮੁਤਾਬਕ ਪਾਰਟੀ ਨੂੰ ਸੱਤਾ ਵਿੱਚ ਵਾਪਸੀ ਕਰਾਉਣ ਵਿੱਚ ਮਹਿਲਾ ਕਾਂਗਰਸ ਵੱਡਾ ਰੋਲ ਅਦਾ ਕਰੇਗੀ। ਪੰਜਾਬ ਮਹਿਲਾ ਕਾਂਗਰਸ ਦੀ ਨਵੀਂ ਬਣੀ ਪ੍ਰਧਾਨ ਮਮਤਾ ਦੱਤਾ ਦਾ ਉਹਨਾਂ ਦੇ ਹਮਾਇਤੀਆਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਮਮਤਾ ਦੱਤਾ ਵੀ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਜੋਸ਼ ਵਿੱਚ ਨੇ। ਉਹਨਾਂ ਦਾ ਦਾਅਵਾ ਹੈ ਕਿ ਮਹਿਲਾ ਕਾਂਗਰਸ ਆਗਾਮੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਪਾਰਟੀ ਨੂੰ ਸੱਤਾ ਵਿੱਚ ਵਾਪਸੀ ਕਰਾਉਣ ਦੀ ਖਾਤਰ ਵੱਡਾ ਰੋਲ ਅਦਾ ਕਰੇਗੀ।
महिलावां दा रोल बिल्कुल जिहड़ा नंबर वन ते रहेगा। हर जिले दे विच जाके जिहड़े साडे पंजाब दे मुद्दे ने उहनां नूं असीं चुकांगे ते अपनी पार्टी नूं बुलंद करांगे, उहदा झंडा बुलंद करांगे ते जिहड़ी साडी 2017 दा असीं उदों अपनी सरकार लै के आवांगे, कांग्रेस सरकार। नवी बनी पंजाब महिला कांग्रेस की प्रधान का कहना है कि उन्होंने कोशिश महिला विंग ज्यादा मजबूत करने की रहेगी। उन्होंने सारियां नूं नाल लेके चलण दी गल भी कही है। महिलावां दे संगठन नूं पूरा मजबूत करांगे जी उन्हां तों, क्योंकि मैं खुद एक काम करन वाली हैगी हां, क्योंकि मैं काम करन दे विच विश्वास रखदी हां ते मैं अपनियां उन्हां भैणां नूं ही अपने नाल लैके चलांगी जिहड़ियां काम करदियां। ममता दत्ता ने दस्सिया कि जल्दी ही सूबे दे सारे जिलों में जाके वर्करां नाल मिलण दा प्रोग्राम बनाया जाएगा जिस दे तहत प्रमुख मुद्दियां नूं जनता दे विचाले चुक्या जाएगा। राजन गोसाई, जी मीडिया, अमृतसर। हर सियासी पार्टी की 2017 ते नजर है तो महिला कांग्रेस पंजाब दे विच सरगर्म होंदे हुए नजर आ रही है। अगे वधदे हां, गल चोणां दी होएगी, राज्यसभा चोणां दी। हरियाणा तो राज्यसभा दीआं दो सीटां दे लई स्क्रूटनी तो बाद तीन उम्मीदवारां दीआं नामजदगियां मंजूर हो चुकियां ने। एक उम्मीदवार की नामजदगी रद्द कर दी गई, डॉक्टर सुभाष चंद्रा ते चौधरी वरिंदर सिंह की नामजदगी मंजूर हुई है। उत्थे इनैलो समर्थित आर के आनंद भी मैदान दे विच ने। हुण 11 जून नूं वोटिंग होएगी, उस तों बाद जिहड़े नतीजे ऐलाने जाणगे। राज्यसभा दे लई दो सीटां हरियाणा तों खाली होईयां सन ते उस दे उपर हुण तीन लोक मैदान दे विच। उधर अमृतसर विच साका नीला तारा दी बरसी मौके अमृतसर शहर विच सुरक्षा दे कड़े इंतजाम किए गए ने। अज अमृतसर विच फ्लैग मार्च कढ़िया गया ते कल तो ही अमृतसर विच सुरक्षा दे कड़े इंतजाम किए गए ने। अमृतसर दीआं गलियां सुनाई दिंदा पुलिस दा सायरन, हाथे पंजाब पुलिस दे नाल फ्लैग मार्च करते आरएएफ दे जवान। 6 जून साका नीला तारा दी बरसी नूं ध्यान विच रखते हुए अमृतसर च पंजाब सरकार वलों पुख्ता इंतजामात कीते गए ने। अमृतसर दीआं सारीआं अत संवेदनशील थावां ते पुलिस दे जवान तैनात ने। मकसद लोकां नूं डराउणा नहीं है बल्कि सुरक्षा दा अहसास दिवाउणा। इसे मकसद नाल पंजाब पुलिस दे जवान पूरे शहर च फ्लैग मार्च कर रहे ने। ਦਿਖਦੇ ਆ ਰਹੇ ਘੱਲੂਘਰ ਇਹਦੇ ਵਿੱਚ ਲੋਕਾਂ ਨੂੰ ਵਿਸ਼ਵਾਸ ਦੇਣ ਲਈ ਕਿ ਸਾਡੇ ਕੋਲ ਉਹਨਾਂ ਦੀ ਹਿਫਾਜ਼ਤ ਵਾਸਤੇ ਅਤੇ ਅਮਨ ਸ਼ਾਂਤੀ ਵਾਸਤੇ ਸਫੀਸ਼ੈਂਟ ਫੋਰਸ ਬਾਹਰੋਂ ਆ ਗਈ ਹੈ। ਇਸ ਕਰਕੇ ਜਿਹੜਾ ਕਮਿਸ਼ਨਰ ਸਾਹਿਬ ਦੇ ਹੁਕਮ ਮੁਤਾਬਕ ਅੱਜ ਇਹਦੇ ਫਲੈਗ ਮਾਰਚ ਕੱਢਿਆ ਜਾ ਰਿਹਾ। ਸਾਡੇ ਨਾਲ ARP ਦਾ ਤਕਰੀਬਨ 200 ਬੰਦਾ, 100 ਬੰਦਾ ਸਾਡਾ ਇਹ ਹੈਗੀ ਆ ਆਰਪੀਐਫ ਦਾ ਫੋਰਸ ਜਿਹੜੀ ਆ, ਬਾਕੀ ਸਾਡੇ 3 ACPs ਅਤੇ ਨਾਲ ਉਹਨਾਂ ਦੇ ਸਾਡੇ 7-8 SHO ਜਿਹੜੇ ਨੇ। उधर SGPC ने भी अपने पद्धर ते सिख जत्थेबंदियों नूं अपील की है कि वह शांति नाल समागमां च शामिल हो। कोई भी अजिहे हालात पैदा ना होण जिसकी वजह करके शहर के हालात नाजुक बन, इसलिए SGPC के प्रधान अवतार सिंह ने जत्थेबंदियों नूं शांति बनाए रखने की अपील की है। श्रद्धा सत्कार भेट करने लिए असीं उत्थे इकट्ठे होने ते उत्थे हल्ला गुला नहीं होना चाहिए। उस माहौल दे विच दी विचर के सानू उन्हां नूं श्रद्धा सत्कार भेट करना चाहिए, ये असीं बेनती कर चुके हैं और कुछ जथेबंदियों नाल असीं संपर्क च भी हाँ। हर बार 6 जून साका नीला तारा की बरसी मौके सिख जथेबंदियां वड्डी गिणती श्री दरबार साहब पहुंचदियां ने। अजिहे कई मौके आए हैं जदों समागमां दौरान हालात तनावपूर्ण हो जाते हैं। इस बार सरकार ने काफ़ी दिन पहला तो ही सुरक्षा इंतजामात किए ने। शहर के अंदर दाखिल होने वाली गड्डिया की चैकिंग की जा रही है। चप्पे चप्पे ते पुलिस अते RAF के जवान तैनात किए गए ने। राजन गोसाई, जी मीडिया, अमृतसर। ते फिलहाल वेला हो चलिया तो इजाजत लैण दा। जी पंजाब हरियाणा हिमाचल के खबरों का सिलसिला जारी रहेगा।